ਸਰਕਾਰ ਨੇ ਜਿਹੜਾ ਫੈਸਲਾ ਲਿੱਤਾ ਉਹ ਕਈਆਂ ਲਈ ਠੀਕ ਆ ਪਰ ਕਈਆਂ ਲਈ ਠੀਕ ਨਹੀਂ ਹੈਗਾ ਜੀ, ਕਿਉਂਕਿ ਜਿਨ੍ਹਾਂ ਨੇ ਮਿਹਨਤ ਕੀਤੀ ਸੀਗੀ ਉਹਨਾਂ ਦੀ ਮਿਹਨਤ ਠੀਕ ਇਸ ਹਿਸਾਬ ਨਾਲ ਨਹੀਂ ਰਹੀ। ਜਿਹੜੇ ਬੱਚੇ ਸਾਡੀ ਕਲਾਸ 'ਚ ਨਹੀਂ ਵੀ ਪੜ੍ਹਦੇ ਸੀ ਉਹਨਾਂ ਤੋਂ ਜ਼ਿਆਦਾ ਮਾਰਕਸ ਸਾਡੇ ਆਉਣ ਅਤੇ ਸਾਡੀ ਕੋਈ ਪੁਜੀਸ਼ਨ ਆਵੇ ਜਿਸਦਾ ਅੱਗੇ ਜਾ ਕੇ ਸਾਨੂੰ ਕੋਈ ਫਾਇਦਾ ਵੀ ਹੋਵੇ, ਅਤੇ ਹੁਣ ਤਾਂ ਸਾਰੇ ਬੱਚੇ ਇਕੁਅਲ ਹੋ ਚੁੱਕੇ ਆ ਜੋ ਕਿਤੇ ਨਾ ਕਿਤੇ ਸਾਨੂੰ ਦੁੱਖ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 5ਵੀਂ, 8ਵੀਂ ਤੇ 10ਵੀਂ ਦੇ ਪੇਪਰ ਰੱਦ ਕਰ ਵਿਦਿਆਰਥੀਆਂ ਨੂੰ ਪਾਸ ਕਰਨ ਦੇ ਜਾਰੀ ਹੁਕਮਾਂ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਵੱਲੋਂ ਮਿਠਾਈਆਂ ਖਵਾ ਕੇ ਇੱਕ ਦੂਜੇ ਨਾਲ ਖੁਸ਼ੀ ਸਾਂਝੀ ਕੀਤੀ ਗਈ। ਬੱਚਿਆਂ ਵਿੱਚ ਸਰਕਾਰ ਦੇ ਇਹਨਾਂ ਆਦੇਸ਼ਾਂ ਦਾ ਰਲਿਆ ਮਿਲਿਆ ਅਸਰ ਦੇਖਣ ਨੂੰ ਮਿਲਿਆ, ਜਿਨ੍ਹਾਂ ਵਿੱਚੋਂ ਕੁਝ ਦਾ ਕਹਿਣਾ ਸੀ ਕਿ ਬਹੁਤ ਵਧੀਆ ਹੋਇਆ ਕਿ ਉਹ ਬਿਨਾਂ ਪੇਪਰਾਂ ਤੋਂ ਨਵੀਂ ਕਲਾਸ ਵਿੱਚ ਚਲੇ ਗਏ। ਪਰ ਕੁਝ ਵਿਦਿਆਰਥੀਆਂ ਨੇ ਸਰਕਾਰ ਦੇ ਇਸ ਫੈਸਲੇ ਪ੍ਰਤੀ ਆਪਣੀ ਨਾਰਾਜ਼ਗੀ ਦਿਖਾਉਂਦਿਆਂ ਕਿਹਾ ਕਿ ਅਸੀਂ 12-12 ਘੰਟੇ ਪੜ੍ਹਾਈ ਕਰਦੇ ਰਹੇ ਹਾਂ ਪਰ ਸਰਕਾਰ ਨੇ ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਰਿਜ਼ਲਟ ਦੇ ਕੇ ਮਾਯੂਸ ਕੀਤਾ ਹੈ। ਸਰਕਾਰ ਨੇ ਜਿਹੜਾ ਫੈਸਲਾ ਲਿੱਤਾ ਉਹ ਕਈਆਂ ਲਈ ਠੀਕ ਆ ਪਰ ਕਈਆਂ ਲਈ ਠੀਕ ਨਹੀਂ ਹੈਗਾ ਜੀ, ਕਿਉਂਕਿ ਜਿਨ੍ਹਾਂ ਨੇ ਮਿਹਨਤ ਕੀਤੀ ਸੀਗੀ ਉਹਨਾਂ ਦੀ ਮਿਹਨਤ ਠੀਕ ਇਸ ਹਿਸਾਬ ਨਾਲ ਨਹੀਂ ਰਹੀ ਫੈਸਲੇ ਨਾਲ, ਕਿਉਂਕਿ ਸਾਰਿਆਂ ਨੂੰ ਇਕੁਅਲ ਲਿਆ ਤਾ ਸਰਕਾਰ ਨੇ। ਮੈਂ ਬਹੁਤ ਮਿਹਨਤ ਕੀਤੀ ਸੀਗੀ, ਟਿਊਸ਼ਨ ਵੀ ਲੱਗਿਆ ਹੋਇਆ ਸੀਗਾ, ਯੂਟਿਊਬ ਤੋਂ ਪੜ੍ਹ ਕੇ ਜੋ ਕੁਝ ਵੀ ਸੀਗਾ ਸਾਰਾ ਕੁਝ ਆਪਾਂ ਨੇ ਸਾਰਾ ਸੋਲਵ ਕੀਤਾ, ਜਿਹੜਾ ਸਕੂਲ ਦਾ ਕੰਮ ਆਉਂਦਾ ਸੀ ਉਹ ਵੀ ਸਾਰਾ ਕੁਝ ਕੀਤਾ, ਮੇਰੇ ਵੱਲੋਂ ਪੂਰੀ ਮਿਹਨਤ ਸੀਗੀ। ਮੈਂ ਤਾਂ ਪੰਜਾਬ ਸਰਕਾਰ ਦੇ ਫੈਸਲੇ ਤੋਂ ਨਾਰਾਜ਼ ਹਾਂ ਕਿਉਂਕਿ ਮੇਰੇ ਬੱਚਿਆਂ ਨੇ ਬਹੁਤ ਪੜ੍ਹਾਈ ਕੀਤੀ ਸੀ, ਦਿਨੋਂ ਰਾਤ 12-12 13-13 ਘੰਟੇ ਪੜ੍ਹਾਈ ਕੀਤੀ ਔਰ ਸਭ ਬੱਚੇ ਇੱਕ ਪੁਜੀਸ਼ਨ 'ਤੇ ਖੜ੍ਹੇ ਕਰਤੇ ਸਰਕਾਰ ਨੇ। ਮੈਂ ਪੁਜੀਸ਼ਨ ਤੋਂ ਆਪਣਾ ਸਰਕਾਰ ਤੋਂ ਨਾਰਾਜ਼ ਹਾਂ, ਮੈਨੂੰ ਆਪਣੇ ਬੱਚੇ ਦੀ ਫਸਟ ਜਾਂ ਸੈਕਿੰਡ ਪੁਜੀਸ਼ਨ ਲੱਗਦੀ ਸੀ ਅਤੇ ਮੈਨੂੰ ਕਿਤੇ ਨਾ ਕਿਤੇ ਫੈਸਲਾ ਗਲਤ ਲੱਗ ਰਿਹਾ ਸਰਕਾਰ ਦਾ, ਕਿਉਂਕਿ ਮੈਂ ਚਾਹੁੰਦੀ ਸੀ ਕਿ ਇਗਜ਼ਾਮਸ ਹੋਣ ਜਿਹਦੇ ਬੇਸ 'ਤੇ ਪਤਾ ਲੱਗੇ ਕੌਣ ਕਿੰਨਾ ਪੜ੍ਹਦਾ ਸੀ, ਅਤੇ ਅਸੀਂ ਜਿਹੜੇ ਬੱਚੇ ਸਾਡੀ ਕਲਾਸ 'ਚ ਨਹੀਂ ਵੀ ਪੜ੍ਹਦੇ ਸੀ ਉਹਨਾਂ ਤੋਂ ਜ਼ਿਆਦਾ ਮਾਰਕਸ ਸਾਡੇ ਆਉਣ ਅਤੇ ਸਾਡੀ ਕੋਈ ਪੁਜੀਸ਼ਨ ਆਵੇ ਜਿਸਦਾ ਅੱਗੇ ਜਾ ਕੇ ਸਾਨੂੰ ਕੋਈ ਫਾਇਦਾ ਵੀ ਹੋਵੇ, ਅਤੇ ਹੁਣ ਤਾਂ ਸਾਰੇ ਬੱਚੇ ਇਕੁਅਲ ਹੋ ਚੁੱਕੇ ਆ ਜੋ ਕਿਤੇ ਨਾ ਕਿਤੇ ਸਾਨੂੰ ਦੁੱਖ ਹੈ। ਸਾਨੂੰ ਸਾਡੇ ਟੀਚਰਸ ਦੀ ਵੀ ਡਬਲ ਮਿਹਨਤ ਹੋਈ ਜੋ ਕਿ ਸਾਨੂੰ ਬਹੁਤ ਚੰਗੀ ਤਰ੍ਹਾਂ ਫੋਨ 'ਤੇ ਸਮਝਾਉਂਦੇ ਸੀ ਅਤੇ ਉਸ ਤੋਂ ਬਾਅਦ ਅਸੀਂ ਖੁਦ ਯੂਟਿਊਬ 'ਤੇ ਵੀਡੀਓ ਲੱਭਦੇ ਸੀ ਅਤੇ ਫਿਰ ਉਹਨਾਂ 'ਤੇ ਸਮਝਦੇ ਸੀ ਅਤੇ ਫਿਰ ਰਾਤ ਨੂੰ ਬੈਠ ਕੇ ਸੋਲਵ ਕਰਦੇ ਸੀ ਅਤੇ ਦਿਨੇ ਫਿਰ ਕਾਪੀ ਬਣਾਉਂਦੇ ਸੀ। ਇਸ ਮੌਕੇ ਸਰਕਾਰ ਦੇ ਫੈਸਲੇ ਬਾਰੇ ਆਪਣੇ ਵਿਚਾਰ ਦੱਸਦਿਆਂ ਮਾਪਿਆਂ ਦਾ ਕਹਿਣਾ ਸੀ ਕਿ ਉਹਨਾਂ ਦੇ ਬੱਚੇ ਬਹੁਤ ਮਿਹਨਤ ਕਰਦੇ ਰਹੇ ਹਨ ਅਤੇ ਜੇਕਰ ਪੇਪਰ ਹੋ ਜਾਂਦੇ ਤਾਂ ਉਹਨਾਂ ਦੀ ਪੁਜ਼ੀਸ਼ਨ 1 ਨੰਬਰ ਆਉਣੀ ਸੀ। ਮੈਂ ਤਾਂ ਪੰਜਾਬ ਸਰਕਾਰ ਦੇ ਫੈਸਲੇ ਤੋਂ ਨਾਰਾਜ਼ ਹਾਂ ਕਿਉਂਕਿ ਮੇਰੇ ਬੱਚਿਆਂ ਨੇ ਬਹੁਤ ਪੜ੍ਹਾਈ ਕੀਤੀ ਸੀ, ਦਿਨੋਂ ਰਾਤ 12-12 13-13 ਘੰਟੇ ਪੜ੍ਹਾਈ ਕੀਤੀ ਔਰ ਸਭ ਬੱਚੇ ਇੱਕ ਪੁਜੀਸ਼ਨ 'ਤੇ ਖੜ੍ਹੇ ਕਰਤੇ ਸਰਕਾਰ ਨੇ। ਮੈਂ ਪੁਜੀਸ਼ਨ ਤੋਂ ਆਪਣਾ ਸਰਕਾਰ ਤੋਂ ਨਾਰਾਜ਼ ਹਾਂ, ਮੈਨੂੰ ਆਪਣੇ ਬੱਚੇ ਦੀ ਫਸਟ ਜਾਂ ਸੈਕਿੰਡ ਪੁਜੀਸ਼ਨ ਲੱਗਦੀ। ਭਰਤ ਸ਼ਰਮਾ ਦੀ ਰਿਪੋਰਟ, ਦਸ ਅਮਲ ਨਿਊਜ਼। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ ਯੂਟਿਊਬ ਚੈਨਲ ਨੂੰ ਤੇ ਇੰਸਟਾਗ੍ਰਾਮ ਨੂੰ ਫੋਲੋ ਕਰਨਾ ਨਾ ਭੁੱਲਿਓ।